ਰਸਮਾਂ ਉਤਾਰਨ ਵਾਸਤੇ ਲੈਸਿਕ ਤਕਨੀਕ ਦੇ ਦੋ ਚਰਨ ਹੁੰਦੇ ਹਨ। ਪਹਿਲੇ ਚਰਨ ਵਿੱਚ ਅੱਖ ਦੀ ਪੁਤਲੀ ਯਾਨੀ ਕਿ ਕੋਰਨੀਆ ਵਿੱਚ ਇੱਕ ਫਲੈਪ ਬਣਾਇਆ ਜਾਂਦਾ ਹੈ ਅਤੇ ਦੂਜੇ ਚਰਨ ਵਿੱਚ ਇਹ ਫਲੈਪ ਨੂੰ ਚੁੱਕ ਕੇ ਇੱਕ ਖਾਸ ਤਰ੍ਹਾਂ ਦੀ ਲੇਜ਼ਰ ਮਸ਼ੀਨ ਨਾਲ ਅੱਖ ਦਾ ਨੰਬਰ ਉਤਾਰਿਆ ਜਾਂਦਾ ਹੈ। ਅੱਖ ਦਾ ਨੰਬਰ ਉਤਾਰਨ ਦਾ ਤਰੀਕਾ ਦੋਨੋਂ ਤਰ੍ਹਾਂ ਦੀ ਲੈਸਿਕ ਚਾਹੇ ਉਹ ਬਲੇਡ ਫਰੀ ਹੈ ਚਾਹੇ ਬਲੇਡ ਵਾਲੀ ਹੈ ਇੱਕੋ ਜਿਹਾ ਹੁੰਦਾ ਹੈ, ਪਰ ਫਲੈਪ ਬਣਾਉਣ ਦੇ ਤਰੀਕੇ ਵੱਖ ਵੱਖ ਹਨ। ਸਧਾਰਨ ਲੈਸਿਕ ਵਿੱਚ ਫਲੈਪ ਬਲੇਡ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਤਕਨੀਕ ਨਾਲ ਫਲੈਪ ਬਣਾਉਣ ਲੱਗੇ ਫਲੈਪ ਨੂੰ ਨੁਕਸਾਨ ਹੋਣ ਦਾ ਅੰਦੇਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ। ਫਲੈਪ ਕਈ ਵਾਰੀ ਫਟ ਸਕਦਾ ਹੈ, ਕਈ ਵਾਰੀ ਆਪਣੇ ਜੋੜ ਤੋਂ ਵੱਖ ਵੀ ਹੋ ਸਕਦਾ ਹੈ। ਇਸ ਕਰਕੇ ਆਪਰੇਸ਼ਨ ਦੇ ਨਤੀਜੇ ਕਈ ਵਾਰੀ ਬਹੁਤ ਚੰਗੇ ਨਹੀਂ ਆਉਂਦੇ, ਇਸ ਦਾ ਆਪਰੇਸ਼ਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਫੈਮਟੋ ਲੇਜ਼ਰ ਨਾਲ ਇਹ ਫਲੈਪ ਫੈਮਟੋ ਲੇਜ਼ਰ ਮਸ਼ੀਨ ਨਾਲ ਬਣਾਇਆ ਜਾਂਦਾ ਹੈ ਜੋ ਕਿ ਇੱਕ ਨਿਯੰਤ੍ਰਿਤ ਤਕਨੀਕ ਨਾਲ ਬਣਦਾ ਹੈ। ਇਸ ਕਰਕੇ ਫਲੈਪ ਨੂੰ ਨੁਕਸਾਨ ਹੋਣ ਦਾ ਅੰਦੇਸ਼ਾ ਬਹੁਤ ਹੀ ਘੱਟ ਜਾਂਦਾ ਹੈ ਅਤੇ ਵਧੀਆ ਨਤੀਜੇ ਨਿਕਲ ਕੇ ਆਉਂਦੇ ਹਨ। ਇਸ ਦਾ ਮਤਲਬ ਕਿ ਤੁਹਾਡੀ ਨਜ਼ਰ ਬਿਲਕੁਲ ਸਟੀਕ ਅਤੇ ਵਧੀਆ ਆਉਂਦੀ ਹੈ ਅਤੇ ਕੋਈ ਵੀ ਕੰਪਲੀਕੇਸ਼ਨ ਹੋਣ ਦਾ ਚਾਂਸ ਬਹੁਤ ਹੱਦ ਤੱਕ ਘੱਟ ਜਾਂਦਾ ਹੈ। ਮਾਈ ਨੇਮ ਇਜ਼ ਕੋਮਲਨੀਲ ਕੌਰ ਔਰ ਮੈਂ ਜਲੰਧਰ ਕੀ ਰੈਜੀਡੈਂਟ ਹੂੰ। ਤੋ ਮੇਰੇ ਆਈਸਾਈਟ ਬਹੁਤ ਹੀ ਵੀਕ ਹੋ ਗਈ ਥੀ, ਲਾਈਕ 6 ਨੰਬਰ ਹੋ ਗਿਆ ਥਾ। ਤੋ ਕਈ ਵੀ ਮਤਲਬ ਈਵਨ ਕੋਈ ਪਾਰਟੀ ਮੇ ਜਾਣਾ ਤੋ ਸਪੈਕਸ ਲਾ ਕੇ ਜਾਣਾ ਅੱਛਾ ਨਹੀਂ ਲੱਗਤਾ। ਤੋ ਫਿਰ ਇਸ ਲਈ ਫਿਰ ਮੈਂ ਸੋਚਾ ਕਿ ਅਬ ਸਟੇਬਲ ਹੋ ਗਿਆ ਨੰਬਰ ਤੋ ਲੇਜ਼ਰਗ੍ਰਾਮ। ਫਿਰ ਮੈਂ ਦੁੱਬਲ ਹੋਸਪਿਟਲ ਆਈ ਤੋ ਮੇਰੇ ਡਾਕਟਰ ਨੇ ਰਿਕਮੈਂਡ ਕੀਆ ਕਿ ਓਪਰੇਸ਼ਨ ਲੇਜ਼ਰ ਲੈਸਿਕ ਲੇਜ਼ਰ ਚਲਤਾ ਹੈ ਅੱਜ ਕੱਲ੍ਹ। ਉਸਕੇ ਬਾਅਦ ਫਿਰ ਉਹ ਮੇਰੇ ਕੋਲ ਓਪਰੇਸ਼ਨ ਥੀਏਟਰ ਮੇ ਲੈ ਕੇ ਗਏ ਤੋ ਫਿਰ ਵਹਾਂ ਪੇ ਸਟਾਰਟ ਕੀਆ ਔਰ ਬਿਲਕੁਲ ਵੀ ਪੇਨਫੁਲ ਨਹੀਂ ਹੈ ਵੋ, ਲਾਈਕ ਜੈਸੇ ਇੱਕ ਸਿਰਫ ਲਾਈਟ ਕੋ ਹੀ ਦੇਖਣਾ ਹੋਤਾ ਹੈ ਔਰ ਤੋ ਕੁਛ ਨਹੀਂ ਕਰਨਾ ਹੋਤਾ ਹੈ। ਤੋ ਫਿਰ ਬਸ 5 ਮਿੰਟ ਇੱਕ ਆਈਸ ਮੇ ਲੱਗਤਾ ਹੈ ਔਰ 5 ਮਿੰਟ 10 ਮਿੰਟ ਮੇ ਮੇਰਾ ਹੋ ਗਿਆ। ਉਸਕੇ ਬਾਅਦ ਮੈਂ ਬਾਹਰ ਆਈ, ਫਿਰ ਮੈਂ ਕੰਫਰਟੇਬਲ ਹੀ ਥੀ, ਮੁਝੇ ਇਵਨ ਕੁਛ ਨਹੀਂ ਹੋਆ। ਆਈ ਫੀਲ ਵੈਰੀ ਕੰਫਰਟੇਬਲ ਐਂਡ ਆਈ ਫੀਲ ਵੈਰੀ ਹੈਪੀ। ਇਸ ਦੁੱਗਲ ਹਸਪਤਾਲ ਵਿੱਚ ਮੈਂ ਆਪਣੀ ਟੀਮ ਦੇ ਨਾਲ ਹੁਣ ਤੱਕ ਹਜ਼ਾਰਾਂ ਸਫਲ ਆਪਰੇਸ਼ਨ ਕਰ ਚੁੱਕਾ ਹਾਂ ਅਤੇ ਇਹ ਸਾਡਾ ਹਸਪਤਾਲ ਦੁਆਬਾ ਖੇਤਰ ਵਿੱਚ ਵਧੀਆ ਅਤੇ ਆਧੁਨਿਕ ਸਹੂਲਤਾਂ ਦੇਣ ਲਈ ਸਭ ਤੋਂ ਮੋਹਰੀ ਰਿਹਾ ਹੈ। ਅਸੀਂ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਮਰੀਜ਼ਾਂ ਦੀਆਂ ਉਮੀਦਾਂ 'ਤੇ ਖਰੇ ਉਤਰਾਂਗੇ ਅਤੇ ਇਹ ਵਾਅਦਾ ਕਰਦੇ ਹਾਂ ਕਿ ਜੋ ਵੀ ਮਰੀਜ਼ ਇਲਾਜ ਲਈ ਸਾਡੇ ਕੋਲ ਆਏਗਾ ਉਹ ਠੀਕ ਹੋ ਕੇ ਆਪਣੇ ਚਿਹਰੇ 'ਤੇ ਪਿਆਰੀ ਦੀ ਮੁਸਕਾਨ ਲੈ ਕੇ ਘਰ ਜਾਏਗਾ। ਜੋ ਆਵੇ ਸੋ ਰਾਜ਼ੀ ਜਾਵੇ।